जी सिंगा आ गया, सिंगा अच्छा उनका गाना है। हेडलाइन लेके चेक करें। देखते हैं। ਓ ਹੈਡਲਾਈਨ ਪੜ ਲਿਆ ਕਰੀ ਅਖਬਾਰ ਦੀ ਚਰਚਾ ਚ ਰਹਿੰਦੀਆਂ ਨਿਊਜ਼ ਤੇਰੇ ਯਾਰ ਦੀ ਮੈਂ ਜਿੱਥੋਂ ਜਿੱਥੋਂ ਜਾਮਾ ਲੰਘਦਾ ਕਿਹੜਾ ਅੱਖ ਨਾਲ ਅੱਖ ਨੂੰ ਮਲਾਊਗਾ ਦੀ ਜੱਟ ਨਾਲ ਵੈਰ ਗੋਰੀਏ ਕਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਦੀ ਜੱਟ ਨਾਲ ਵੈਰ ਗੋਰੀਏ ਕਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਟੂਮ ਬੰਨੇ ਨਹੀਂ ਉਹ ਕਦੇ ਫੇਸਬੁੱਕ ਤੇ ਕੀਤਾ ਨੀ ਕਤਲ ਕਦੇ ਕਿਸੇ ਦੀ ਵੀ ਚੁੱਕ ਤੇ ਜਿੰਨੇ ਵੀ ਡਿਸੀਜਨ ਨੇ ਆਪ ਖੁਦ ਲਏ ਨੇ ਆਸ਼ਕੀ ਦੇ ਗਾਣੇ ਕਦੇ ਬੰਨੇ ਨਹੀਂ ਉਹ ਗੁੱਟ ਤੇ ਟਾਈਮ ਟੂਮ ਬੰਨੇ ਨਹੀਂ ਉਹ ਕਦੇ ਫੇਸਬੁੱਕ ਤੇ ਕੀਤਾ ਨੀ ਕਤਲ ਕਦੇ ਕਿਸੇ ਦੀ ਵੀ ਚੁੱਕ ਤੇ ਜਿੰਨੇ ਵੀ ਡਿਸੀਜਨ ਨੇ ਆਪ ਖੁਦ ਲਏ ਨੇ ਆਸ਼ਕੀ ਦੇ ਗਾਣੇ ਕਦੇ ਬੰਨੇ ਨਹੀਂ ਉਹ ਗੁੱਟ ਤੇ ਨੀ ਹਰ ਥਾਂ ਤੇ ਸਿੱਕਾ ਚੱਲਦਾ ਕਿਹੜਾ ਜੰਮਿਆ ਜੋ ਜੱਟ ਨੂੰ ਚੁਕਾਊਗਾ ਨੀ ਜੱਟ ਨਾਲ ਵੈਰ ਗੋਰੀਏ ਜਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਨੀ ਜੱਟ ਨਾਲ ਵੈਰ ਗੋਰੀਏ ਜਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਹੋਈ ਸ਼ੌਂਕ ਨਹੀਂ ਉਹ ਮੋਢੇ ਉੱਤੇ ਫੀਤੀਆਂ ਲਵਾਉਣ ਦਾ ਜੱਟ ਨੂੰ ਤਾਂ ਸ਼ੌਂਕ ਬਸ ਯਾਰੀਆਂ ਨਿਭਾਉਣ ਦਾ ਆੜੀ ਜੇ ਗਰਾਰੀ ਜਿੱਥੇ ਉੱਥੇ ਹੀ ਅੜਾਉਣੇ ਆਉਂਦਾ ਏ ਨਜ਼ਾਰਾ ਵੈਰੀ ਡਾਂਗ ਤੇ ਨਚਾਉਣ ਦਾ ਹੋਈ ਸ਼ੌਂਕ ਨਹੀਂ ਉਹ ਮੋਢੇ ਉੱਤੇ ਫੀਤੀਆਂ ਲਵਾਉਣ ਦਾ ਜੱਟ ਨੂੰ ਤਾਂ ਸ਼ੌਂਕ ਬਸ ਯਾਰੀਆਂ ਨਿਭਾਉਣ ਦਾ ਆੜੀ ਜੇ ਗਰਾਰੀ ਜਿੱਥੇ ਉੱਥੇ ਹੀ ਅੜਾਉਣੇ ਆਉਂਦਾ ਏ ਨਜ਼ਾਰਾ ਵੈਰੀ ਡਾਂਗ ਤੇ ਨਚਾਉਣ ਦਾ ਨਿਭਾਉਂਦਾ ਮੁੱਖ ਤਿਆਰ ਯਾਰੀਆਂ ਸਿੰਘੇ ਪਿੱਛੇ ਨਿੱਤ ਖੜ ਕੇ ਕਰਾਊਗਾ ਉਹ ਜੱਟ ਨਾਲ ਵੈਰ ਗੋਰੀਏ ਜਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਉਹ ਜੱਟ ਨਾਲ ਵੈਰ ਗੋਰੀਏ ਜਿਹੜਾ ਪਾਊਗਾ ਤੇ ਨਰਕਾਂ ਨੂੰ ਜਾਊਗਾ ਹਾਰੇ 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 ਨੀ ਜਿੰਨਾ ਬਦਨਾਮ ਕਰਦੀ ਇੰਨੇ ਹੁੰਦੇ ਨੀ ਜੱਟਾਂ ਦੇ ਪੁੱਤ ਮਾੜੇ ਨੀ ਜਿੰਨਾ ਬਦਨਾਮ ਕਰਦੀ ਇੰਨੇ ਹੁੰਦੇ ਨੀ ਜੱਟਾਂ ਦੇ ਪੁੱਤ ਮਾੜੇ ਸਿੰਘਾ ਬੋਲਦਾ ਮਿੱਠੀਏ ਇਹੀ ਅੱਟ ਦੀ ਚੜ੍ਹਾਈ ਤਾਂ ਐਂ ਹੀ ਰਹੂਗੀ ਦੇਖੀ ਚੱਲ ਨਾਲੇ ਆਪਾਂ ਕਿਹੜਾ ਕਿਸੇ ਦਾ ਕੁਛ ਲੈ ਕੇ ਖਾਂਦੇ ਹਾਂ ਸਲਾਹ ਅੱਜ ਤੱਕ ਦਿੱਤਾ ਹੀ ਹੋਊਗਾ ਉਹਦੀ ਰਜ਼ਾ 'ਚ ਰਾਜ਼ੀ ਰਹਿੰਦੇ ਹਾਂ ਆ ਲੈਣ ਅਤੇ ਮੰਗਣ ਵਾਲਾ ਕੰਮ ਰੱਖਿਆ ਹੀ ਨਹੀਂ ਮਿੱਠੀਏ ਖੂਬਸੂਰਤ ਇਹ ਕਿਸ ਕੋ ਮਾਰਾ ਵਾ ਪਤਾ ਨਹੀਂ ਕੋਈ ਡੋਲ ਹੋਗਾ ਅੱਛਾ ਕਹਿ ਰਿਹਾ ਤਾਂ ਕਿ ਪੰਗਾ ਲਓਗਾ ਤਾਂ ਫਿਰ ਨਰਕ ਚ ਜਾਏਗਾ ਗਾਣਾ ਤਾਂ ਅੱਛਾ ਤਾਂ ਮੁਝੇ ਮੁਝੇ ਥਰੂ ਆਊਟ ਇਸ ਤਰ੍ਹਾਂ ਕੀ ਯਾਨੀ ਫੀਲਿੰਗ ਆਈ ਹੈ ਜੈਸੇ ਕਿ ਇਸ ਤਰ੍ਹਾਂ ਕਾ ਇੱਕ ਗਾਣਾ ਪਹਿਲੇ ਥਾ ਨਹੀਂ ਇਸ ਤਰਸ ਪੇ ਨਾ 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 ਜਾ ਉਹ ਮਿੱਠੀ ਹੈ ਕਹਤਾ ਨਾ ਉਹ ਉਹ ਵਾਲਾ ਪਾਰਟ ਜੋ ਹੈ ਉਹ ਪਹਿਲੇ ਵੀ ਸੁਣਾ ਹੋਇਆ ਨਾ 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 ये जो पोर्शन है ना हाँ। ये मुझे पता नहीं कहीं पर लग रहा है जैसे कि इसी बीच चलिए कमेंट्स में लोग बता देंगे कि कौन से उससे मिलता जुलता है गाना एक पहले भी हमने सुना हुआ बहरहाल ये गाना बहुत हाँ गाना तो अच्छा था मजेदार गाना सुना जा सकता है दोबारा भी बहुत खूबसूरत ले जी लगाए और मिलते हैं अगली वीडियो में तब तक के लिए अपना ख्याल रखें दुआ में रखें रब रखें अल्लाह हाफिज़।